बंदी छोड़ दाता जी बा फड़ लो साड़ी 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 हाँ बंदी छोड़ सतगुरु छड़ के होर द्वारे आए शरण तुहाड़ी हाँ छड़ के होर द्वारे आए शरण तुहाड़ी ਸਾਡੀ ਜ਼ਿੰਦਗੀ ਸਫਲ ਬਣਾ ਦਿਓ ਚਿੰਤਾ ਹੈ ਡਾਡੀ 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 ਮੇਰੀ ਜ਼ਿੰਦਗੀ मेरी जिंदगी सफल बना दे ओ चिंता है डाडी मेरी जिंदगी सफल बना दे ओ चिंता है डाडी मेरी जिंदगी सफल बना दे ओ चिंता है डाडी उस रात करावा वे नारे लावे पिया करावे तसा पाछले मन को आवे सत सिया ऐसी कृपा कर दे वाहे गुरु ऐसी मेहर कर दे वाहे गुरु छड़ के होर द्वारे आए शरण तुहाड़ी हाँ छड़ के होर द्वारे आए शरण तुहाड़ी छड़ के होर द्वारे
نام جتو سنگتے پیاریے واہِ گرو دا نام منو نا وساریے ساتے نام جتو سنگتے پیاریے واہِ گرو دا نام منو نا وساریے ساتے نام ਭਗਤਾਂ ਦੀ ਰੱਖਦਾ ਆਇਆ ਜੀ ਪੈ ਭਗਤਾਂ ਭਗਤਾਂ ਦੀ ਰੱਖਦਾ ਆਇਆ ਜੁਗੋ ਜੁਗ ਵਾਹਿਗੁਰੂ ਮੇਰਾ ਮੇਰਾ ਜੁਗੋ ਜੁਗ ਵਾਹਿਗੁਰੂ ਪੈ ਭਗਤਾਂ ਸਾਡੀ ਜ਼ਿੰਦਗੀ ਸਫਲ ਬਣਾ ਦਿਓ ਚਿੰਤਾ ਹੈ ਡਾਢੀ 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 ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਸਫਲ ਬਣਾ ਦਿਓ ਚਿੰਤਾ ਹੈ ਡਾਢੀ 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 ਜਿੰਦਗਵਾਂ ਦੇ ਵਿੱਚ ਪਈ ਸਤਿਗੁਰ ਹਰ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਜਿੰਦ ਵਿੱਚ ਗਵਾਂ ਦੇ ਪਈ ਨੂੰ ਸਤਿਗੁਰ ਰਾ ਕਾਟੀ ਤੈਨੂੰ ਪਾਗ ਲੱਗ ਗਏ ਬੈਠ ਕੇ ਕੋਲ ਮੀਆਂ ਵਾਲੇ ਹਰ ਤੈਨੂੰ
اج اپنی زندگی دا بہت بھاگاں والا دن ہے جس دن اسی سارے نال کے سب سنگتاں نے اس پوتر ترتی تے آ کے گرو رسا مہاراج دی پنجا پیاریاں دی ستر شائن دے ہیٹ سنگتاں نے بڑی شردا دے نال چرنا نال تر کے پیدل تر کے گرو دا جس گاؤندیا ہویا گربانی گاؤندیا ہویا اس پر ترتی تے آ کے سنگتاں نے نمسکار کیتی ہے گرو مہاراج نوں چرن توڑ لئی ہے اس واقعے وچ سنگن حمیر صاحب مہاراج میری پیری جماعت آن کی بہت بڑی بخشش ہوئی اس نگر رانی وکھے جو سبو سچے پاتشاہ نے چھے اتھے بابا سورتیا جی دے ہور سنگتاں دی سیوا تو پرسن ہو کے اتھے سدگرا نے 45 دن سنگتاں دے اس واقعے وچ بخشش کیتی سنگتاں نوں ਅਕਾਲ ਪੁਰਖ ਦੇ ਨਾਲ ਜੋੜਿਆ ਦੀਵਾਨ ਸਜਾਏ ਅਤੇ ਗਵਾਲੀਆ ਤੋਂ 52 ਕੈਦੀ ਰਾਜਿਆਂ ਨੂੰ ਛੁਡਾ ਕੇ ਸਤਿਗੁਰ ਸੱਚੇ ਪਾਤਸ਼ਾਹ ਇਸ ਰਸਤੇ ਆਏ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਹ ਅਦੁੱਤੀ ਬਖਸ਼ਿਸ਼ ਕੀਤੀ ਜਿਸ ਦੇ ਦਰਸ਼ਨ ਸੰਗਤਾਂ ਨੇ ਅੱਜ ਕੀਤੇ ਹਨ ਸ੍ਰੀ ਚੋਲਾ ਸਾਹਿਬ 52 ਕਿਲਿਆਂ ਦਾ ਚੋਲਾ ਸਾਹਿਬ ਜਿਸ ਦੇ ਨਾਮ 32 ਛੋੜ ਸਤਿਗੁਰਾਂ ਦਾ ਨਾਮ ਪਿਆ ਗਵਾਲੀਆ ਦੇ ਕਰੇ ਕੈਦ ਉਮਰ ਕੈਦੀ ਤੁੰਦਾ ਕੈਦੀ ਰਾਜੇ ਨੂੰ ਛੁਡਾਇਆ ਸਤਿਗੁਰੂ ਅਸੀਂ ਵੀ ਸੰਸਾਰ ਦੀ ਕੈਦ ਦੇ ਵਿੱਚ ਫਸੇ ਹੋਏ ਹਾਂ ਕਾਮ ਕ੍ਰੋਧ ਨੂੰ ਹੰਕਾਰ ਦੇ ਵਿੱਚ ਫਸੇ ਹੋਏ ਹਾਂ ਈਰਖਾ ਨਿੰਦਾ ਚੁਗਲੀ ਵਿਖੇ ਦੇ ਬੜੇ ਬੰਧਨ ਪਏ ਹੋਏ ਹਨ ਸਤਿਗੁਰੂ ਸੰਸਾਰ ਦੇ ਵਿੱਚ ਆ ਕੇ ਜੀਵਾਂ ਦੇ ਬੰਧਨ ਕੱਟਦਾ ਮੀਰੀ ਪੀਰੀ ਦੇ ਮਾਲਕ ਹਰਮੀਰ ਸਾਹਿਬ ਮਹਾਰਾਜ ਦਾ ਐਡਾ ਵੱਡਾ ਇਤਿਹਾਸ ਹੈ ਇਤਨੀਆਂ ਬਹੁਤ ਪਵਿੱਤਰ ਸਾਖੀਆਂ ਹਨ ਕਿ ਸਾਰੀ ਜ਼ਿੰਦਗੀ ਲੱਗੇ ਰਹੀਏ ਫਿਰ ਵੀ ਮਨੁੱਖ ਕਥਾ ਨਹੀਂ ਕਰ ਸਕਦਾ ਸੋ ਇਤਨੀਆਂ ਸਾਖੀਆਂ ਸਿੱਖਿਆ ਦਾ ਸਤਿਗੁਰ ਸੱਚੇ ਪਾਤਸ਼ਾਹ ਦੇ ਜੀਵਨ ਦੀਆਂ ਹਨ ਦੀਵਾਨਾਂ ਦੇ ਵਿੱਚ ਆਪਾਂ ਵਿਚਾਰਦੇ ਰਹਿੰਦੇ ਹਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਸਤਿ ਪਾਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜੀ ਮੇਰਾ ਸਤਿਗੁਰ ਦੇਖਿਆ ਇੱਥੇ ਚਾਰਨ ਪਾਏ ਗੁਰੂ ਮਹਾਰਾਜ ਦੇ ਨਾਲ ਜੁੜੇ ਸੂਰਮੇ ਸਿੱਖ ਹੋਰ ਬ੍ਰਹਮ ਗਿਆਨੀ ਸਿੱਖ ਨਾਲ ਹੋਣਗੇ ਇੱਥੇ ਗੁਰੂ ਮਹਾਰਾਜ ਇਸ ਧਰਤੀ ਤੇ ਵਿਚਰੇ ਦੀਵਾਨ ਸਜਾਉਂਦੇ ਰਹੇ ਗੁਰਦੁਆਰਾ ਦਮਦਮਾ ਸਾਹਿਬ ਨਿਮਸਰ ਸਾਹਿਬ ਹਵੇਲੀ ਸਾਹਿਬ ਇਹ ਸਾਰੇ ਗੁਰੂ ਮਹਾਰਾਜ ਦੇ ਪਵਿੱਤਰ ਯਾਦਗਾਰ ਹਨ ਇਹ ਚੋਲਾ ਸਾਹਿਬ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨੇ ਆਪਣੇ ਮਿੱਤਰ ਪਨੀਤ ਕੀਤੇ ਹਨ ਇਹ ਸਭ ਬਖਸ਼ਿਸ਼ਾਂ ਮੇਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸਾਡੇ ਸਾਰਿਆਂ 'ਤੇ ਹੋਈਆਂ ਹਨ ਸੰਗਤਾਂ ਨੇ ਬੜਾ ਉਪਰਾਲਾ ਕੀਤਾ ਹੈ ਬੜੀ ਸ਼ਰਧਾ ਦੇ ਨਾਲ ਸੰਗਤਾਂ ਤੁਰ ਕੇ ਆਈਆਂ ਹਨ ਜੋ ਪ੍ਰਬੰਧਕਾਂ ਨੇ ਨਗਰ ਉਡਾਣੀ ਕਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸਾਹਿਬਾਨ ਹੋਰ ਮੈਂਬਰ ਪੰਚਾਇਤ ਸਾਹਿਬਾਨ ਹੋਰ ਸਭ ਸੰਗਤਾਂ ਨੇ ਜੋ ਸਤਿਕਾਰ ਕੀਤਾ ਸੰਗਤਾਂ ਦਾ ਲੰਗਰ ਪਾਣੀ ਛਕਾਇਆ ਹੈ ਅਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਇਹ ਸਾਰਾ ਕਾਰਜ ਕੀਤਾ ਹੈ ਅਤੇ ਮਹਾਮੰਡੇਸ਼ਵਰ ਰਵਿੰਦਰਗਿਰੀ ਜੀ ਉਹਨਾਂ ਦੇ ਪ੍ਰਵਚਨਾਂ ਆਪ ਜੀ ਨੇ ਸਰਵਨ ਕੀਤੇ ਹਨ ਬਾਬਾ ਗੁਰੂ ਸਿੰਘ ਜੀ ਬਾਬਾ ਰਾਮ ਸਿੰਘ ਜੀ ਸਾਰੇ ਇਸ ਸੰਗਤ ਦੇ ਨਾਲ ਪੈਦਲ ਆਏ ਹਨ ਸ਼ਬਦ ਗਾਉਂਦੇ ਹੋਏ ਨਗਰ ਮਸੂਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਸਾਰੇ ਨਗਰ ਨੇ ਬਹੁਤ ਸੇਵਾ ਕੀਤੀ ਹੈ ਉਸ ਦੀ ਸਭ ਬਹੁਤ ਬਹੁਤ ਧੰਨਵਾਦ ਹੈ